ਸਾਨੂੰ ਜੀ ਸੁਣ ਰਹੇ ਨੇ ਜਨਾਬ ਖਾਲਿਦ ਭੱਟ ਸਾਹਿਬ, ਉਹਨਾਂ ਤੁਹਾਨੂੰ ਜੀਆਂ ਨੂੰ ਕਿਹਾ, ਬਹੁਤ ਪਸੰਦ ਕੀਤਾ। ਮੁਹੰਮਦ ਅਸਲਮ ਅਲਵੀ ਸਾਹਿਬ ਸੁਣ ਰਹੇ ਨੇ ਸਾਨੂੰ, ਬਹੁਤ ਪਿਆਰੀ ਫੁੱਲਾਂ ਵਰਗੀ ਸ਼ਖਸੀਅਤ। ਔਰ ਆਬਦ ਹੁਸੈਨ ਬਹਿਰੀਆ ਟਾਊਨ ਤੋਂ ਸੁਣ ਰਹੇ ਨੇ ਸਾਨੂੰ, ਕਹਿੰਦੇ ਜੀ ਸਾਡੀ ਵੀ ਹਾਜ਼ਰੀ ਕਬੂਲ ਕਰ ਲਵੋ। ਅੱਛਾ ਖਾਨ ਸਾਹਿਬ, ਤੁਸੀਂ ਸੁਣਾਉਣ ਲੱਗੇ, ਸੋ ਇਹ ਤਾਂ ਮੇਰੀ ਫਰਮਾਇਸ਼ ਸੀ ਔਰ ਸ਼ਮਾਇਲਾ ਦੀ ਫਰਮਾਇਸ਼ ਸੀ ਸੁਣਾਈ, ਤੁਸੀਂ ਬਾਬੂਲੇ ਸ਼ਾਹ ਸਰਕਾਰ ਦੀ ਕਾਫੀ ਸੁਣਾਉਣ ਲੱਗੇ, ਸੋ ਅਤੇ ਅਸੀਂ ਚਾਹਵਾਂਗੇ ਕਿ ਜੀ ਉਹ ਵੀ ਤੁਸੀਂ ਸੁਣਾਓ, ਅਤੇ ਬਾਬਾ ਬੁੱਲੇ ਸ਼ਾਹ ਦੀ ਕਾਫੀ ਵੀ ਸੁਣਾਂਗੇ, ਸ਼ਾਹ ਹੁਸੈਨ ਦੀ ਕਾਫੀ ਵੀ ਸੁਣਾਂਗੇ, ਖਵਾਜਾ ਗੁਲਾਮ ਫਰੀਦ ਦੀ ਕਾਫੀ ਵੀ ਸੁਣਾਂਗੇ। ਅਸੀਂ ਕਾਫੀਆਂ ਦਾ ਸੈਸ਼ਨ ਕਰਨੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਕੁਛ ਗੀਤ ਵੀ ਔਰ ਕੁਛ ਰਾਗਾਂ ਬਾਰੇ, ਕੁਛ ਗੀਤਾਂ ਬਾਰੇ ਔਰ ਕੁਛ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਕਲਾਸੀਕਲ ਗਾਇਕੀ ਦੀਆਂ, ਉਹਨਾਂ ਦੇ ਬਾਰੇ ਵੀ ਅਸੀਂ ਤੁਹਾਡੇ ਕੋਲੋਂ ਜਾਣਕਾਰੀ ਲਵਾਂਗੇ। ਸਾਡੇ ਬਹੁਤ ਸਾਰੇ ਸੁਣਨ ਵਾਲੇ ਇਸ ਵੇਲੇ ਬਹੁਤ ਮਜ਼ੇ ਵਿੱਚ ਔਰ ਸਕੂਨ ਨਾਲ ਤੁਹਾਡੀ ਗਾਇਕੀ ਵੀ ਸੁਣ ਰਹੇ ਨੇ ਔਰ ਇਸ ਉਡੀਕ ਵਿੱਚ ਵੀ ਨੇ ਕਿ ਕਲਾਸੀਕੀ ਮੌਸੀਕੀ ਬਾਰੇ ਸਾਨੂੰ ਕੁਛ ਮਾਲੂਮਾਤ ਵੀ ਮਿਲੇਗੀ। ਬਿਲਕੁਲ ਜੀ, ਪੰਜਾਬੀ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਅੱਜ ਦੇ ਸਾਡੇ ਪ੍ਰਾਹੁਣੇ ਕਰਮਾਂ ਭਾਗਾਂ ਵਾਲੇ ਜਨਾਬ ਉਸਤਾਦ ਅਨਵਰ ਦਰਬਾਰੀ ਖਾਨ ਸਾਹਿਬ, ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਫਰਮਾਇਸ਼ ਕਰ ਸਕਦੇ ਹੋ, ਰਾਗਾਂ ਬਾਰੇ ਪੁੱਛ ਸਕਦੇ ਹੋ, ਕਲਾਸੀਕੀ ਮੌਸੀਕੀ ਬਾਰੇ ਪੁੱਛ ਸਕਦੇ ਹੋ, ਜ਼ਰੂਰ ਜੀ ਤੁਹਾਡੇ ਮੈਸੇਜ ਪੜ੍ਹੇ ਜਾਣਗੇ। ਔਰ ਅੱਛਾ ਖਾਨ ਸਾਹਿਬ, ਇਹ ਠੰਡੀ ਮਸ਼ੀਨ ਚੱਲ ਰਹੀ ਹੈ, ਅਤੇ ਜਦੋਂ ਜ਼ਰਾ ਕੋਈ ਠੰਡ ਠੁੰਡ ਲੱਗੇ ਤਾਂ ਮੈਨੂੰ ਦੱਸ ਦਿਆ ਜੀ, ਅਸੀਂ ਕੋਈ ਇਹਦਾ ਤਰਲਾ ਕਰਾਂਗੇ ਕਿ ਸਾਨੂੰ ਜ਼ਰਾ। ਅੱਛਾ ਜੀ, ਇਹ ਲਓ ਜੀ, ਅਸੀਂ ਇਹਨੂੰ ਜ਼ਰਾ ਘੱਟ ਕਰ ਲੈਂਦੇ ਹਾਂ, ਅਤੇ ਹਾਂ ਵੇਖੋ, ਹਾਂ ਲਓ ਜੀ, ਇਹ ਘੱਟ ਵੀ ਹੋਣੀ ਸ਼ੁਰੂ ਹੋ ਗਈ ਹੈ, ਅਤੇ ਬਲਕਿ ਥੋੜ੍ਹੀ ਦੇਰ ਵਾਸਤੇ ਇਹਦਾ ਅਸੀਂ ਤਰਲਾ ਹੋਰ ਨਾ ਕਰ ਲਈਏ, ਕਿ ਇਹਨੂੰ ਬੰਦ ਕਰ ਲਈਏ ਥੋੜ੍ਹੀ ਦੇਰ ਵਾਸਤੇ ਜੀ। ਬਿਲਕੁਲ ਤੁਸੀਂ ਹਾਂ, ਔਰ ਲਓ ਜੀ, ਸਾਡੇ ਸੁਣਨ ਵਾਲੇ ਵੀ ਸਾਡੇ ਨਾਲ ਹੀ ਨੇ ਕਿ ਅਸੀਂ ਠੰਡੀ ਮਸ਼ੀਨ ਨੂੰ ਬੰਦ ਕਰਨ ਦਾ ਆਰ ਕਰ ਰਹੇ ਜੀ। ਬਿਸਮਿਲ੍ਲਾ ਖਾਨ ਸਾਹਿਬ, ਬਿਸਮਿਲ੍ਲਾ।